ਤੇ ਉਹ ਸਾਡੀ ਐਸੋਸੀਏਸ਼ਨ ਵੱਲੋਂ ਤੇ ਸਾਰਿਆਂ ਵੀਰਾਂ ਵੱਲੋਂ ਉਹ ਤਸਵੀਹਾ ਦੇਣਾ ਚਾਹੁੰਦੇ ਆ ਤੇ ਇਹ ਵੀਰ ਸੁਖਵਿੰਦਰ ਸਿੰਘ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜਿਹੜੇ ਜਿਹੜੇ ਵੀਰਾਂ ਭਰਾਵਾਂ ਨੇ ਮੇਰੇ ਵੀਰ ਦੀ ਮਦਦ ਕੀਤੀ ਹੈ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਖਾਲਸਾ ਵਾਹਿਗੁਰੂ ਬਹੁਤ ਹੀ ਬਹੁਤ ਬਹੁਤ ਅਸੀਂ ਧੰਨਵਾਦ ਕਰਦੇ ਹਾਂ ਵੀਰਾਂ ਦਾ ਕਿ ਜਿਹਨਾਂ ਨੇ ਇਸ ਵੀਰ ਦੀ ਹੈਲਪ ਕੀਤੀ ਹੈ ਹੋਰ ਵੀ ਜੇ ਕੋਈ ਵੀਰ ਇਹਦਾ ਹੈਲਪ ਕਰਨੀ ਚਾਹੁੰਦਾ ਤੇ ਉਹ ਸਾਡੇ ਨਾਲ ਸਾਡੇ ਨੰਬਰਾਂ ਤੇ ਸੰਪਰਕ ਕਰ ਸਕਦਾ ਹੈ ਤੇ ਇਸ ਵੀਰ ਦੀ ਹੈਲਪ ਕਰ ਸਕਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿਛਲੇ ਦਿਨਾਂ ਵਿਚ ਕੁਝ ਐਕਸਮੈਨ ਵੀਰਾਂ ਨੂੰ ਬੇਨਤੀ ਕੀਤੀ ਕਿ ਸਾਡਾ ਜਵਾਨ ਜੰਗੀ ਲਾਲ ਨਕੋਦਰ ਤੋਂ ਉਹਨਾਂ ਦੀ ਬੇਟੀ ਦੀ ਮੈਰਿਜ ਸੀ ਤੇ ਅਸੀਂ ਆਪਣੇ ਸਾਰੇ ਜਿੰਨੇ ਐਕਸਮੈਨ ਵੀਰ ਹੈ ਉਹਨਾਂ ਨੂੰ ਬੇਨਤੀ ਕੀਤੀ ਸੀ ਵੀ ਇਸ ਵੀਰ ਦੀ ਕੁਝ ਹੈਲਪ ਕੀਤੀ ਜਾਵੇ ਤੇ ਕੁਝ ਸਾਡੇ ਵੀਰਾਂ ਦੇ ਫੋਨ ਵੀ ਆਏ ਆ ਕੋ ਆਪੋ ਆਪਣੇ ਤਰੀਕੇ ਨਾਲ ਉਹਨਾਂ ਦੇ ਮੈਸੇਜ ਵੀ ਆਏ ਆ ਤੇ ਉਹ ਸਾਰਿਆਂ ਨੇ ਇਹਨਾਂ ਨੂੰ ਹੈਲਪ ਕਰਨ ਲਈ ਕਿਹਾ ਸੀ ਕਿ ਅਸੀਂ ਹੈਲਪ ਕਰਾਂਗੇ ਤੇ ਅੱਜ ਵੀ ਇੱਥੇ ਜਿਹੜੇ ਸਾਡੇ ਐਕਸਮੈਨ ਵੀਰ ਆਏ ਆ ਇਹਨਾਂ ਨੂੰ ਵੀ ਬੇਨਤੀ ਕੀਤੀ ਸੀ ਇਹਨਾਂ ਨੇ ਵੀ ਅੱਜ ਸਾਡੀ ਹੈਲਪ ਕੀਤੀ ਹੈ ਜੰਗੀ ਲਾਲ ਦੀ ਤੇ ਜੋ ਸਾਡੇ ਵੱਲੋਂ ਇੱਥੇ ਹੋ ਸਕਿਆ ਅਸੀਂ ਉਹ ਸਾਰਾ ਜਿੰਨੀ ਹੈਲਪ ਕੀਤੀ ਆ ਲੋਕਾਂ ਨੇ ਤੇ ਅੱਜ ਅਸੀਂ ਉਹ ਆਪਣੇ ਵੀਰ ਜੰਗੀ ਲਾਲ ਜੀ ਨੂੰ ਦਵਾਂਗੇ ਕਿ ਜਿਨ੍ਹਾਂ ਸਾਰਿਆਂ ਵੀਰਾਂ ਨੇ ਵੀਰ ਜੰਗੀ ਲਾਲ ਨੂੰ ਹੈਲਪ ਕੀਤੀ ਹੈ ਆਈ ਸੀ ਆਰ ਪੀ ਐਫ ਐਕਸਮੈਨ ਵੈਲਫੇਅਰ ਐਸੋਸੀਏਸ਼ਨ ਪੰਜਾਬ ਵੱਲੋਂ ਇਸ ਵੀਰ ਵੱਲੋਂ ਤੇ ਐਸੋਸੀਏਸ਼ਨ ਵੱਲੋਂ ਇਹ ਸਾਰਿਆਂ ਵੀਰਾਂ ਦਾ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਸ ਵੀਰ ਨੂੰ ਸਹਿਯੋਗ ਦਿੱਤਾ ਹੈ ਕਿਉਂ ਇਹ ਸਾਡਾ ਇੱਕ ਪਰਿਵਾਰ ਹੈ ਤੇ ਪਰਿਵਾਰ ਦੇ ਵਿੱਚ ਕੋਈ ਭਰਾ ਅਮੀਰ ਵੀ ਹੋ ਸਕਦਾ ਕੋਈ ਗਰੀਬ ਵੀ ਹੋ ਸਕਦਾ ਤੇ ਏਦਾਂ ਜੋ ਸਾਨੂੰ ਇਹਨਾਂ ਨੇ ਹੈਲਪ ਕੀਤੀ ਆ ਸਾਰਿਆਂ ਵੀਰਾਂ ਨੇ ਤੇ ਅਸੀਂ DIG ਸਾਹਿਬ ਵੱਲੋਂ ਵੀ DIG ਸਾਹਿਬ ਨੇ ਵੀ ਮੈਸੇਜ ਲਾਇਆ ਸੀ ਕਿ ਮੇਰੇ ਵੱਲੋਂ ਵੀ ਕਰਿਓ ਜਵਾਨਾਂ ਨੂੰ ਤੇ ਅਸੀਂ DIG ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਸਾਨੂੰ ਇਹ ਤਰੀਕੇ ਨਾਲ ਦੱਸਿਆ ਸੀ ਕਿ ਐਸੋਸੀਏਸ਼ਨ ਦੇ ਜਵਾਨਾਂ ਨੂੰ ਤੁਸੀਂ ਬੇਨਤੀ ਕਰੋ ਐਕਸਮੈਨਾਂ ਨੂੰ ਤੇ ਜਿਹੜਾ ਕੋਈ ਹੈਲਪ ਲਈ ਅੱਗੇ ਆਏਗਾ ਉਹ ਮੇਰੇ ਵੱਲੋਂ ਵੀ ਥੈਂਕਸ ਕਰੋ ਮੈਂ DIG ਸਾਹਿਬ ਵੱਲੋਂ ਤੇ ਗਰੁੱਪ ਸੈਂਟਰ ਦੇ ਅਫਸਰ ਸਾਹਿਬ ਵੱਲੋਂ ਵੀ ਸਾਰੇ ਐਕਸਮੈਨ ਵੀਰਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਸ ਜੰਗੀ ਲਾਲ ਵੀਰ ਨੂੰ ਹੈਲਪ ਲਈ ਅੱਗੇ ਆਇਆ ਤੇ ਹੁਣ ਮੈਂ ਤੁਹਾਡੀ ਗੱਲ ਵੀ ਜੰਗੀ ਲਾਲ ਜੀ ਨਾਲ ਕਰਾਉਣਾ ਕਿ ਜਿਹੜੇ ਵੀਰ ਦੀ ਮੈਰਿਜ ਆ ਜੋ ਕੋਈ ਹੋਰ ਵੀ ਕੋਈ ਮੈਸੇਜ ਲਾਉਣਾ ਚਾਹੁੰਦਾ ਤੇ ਉਹ ਮੈਸੇਜ ਆਪਣਾ ਲਾ ਸਕਦਾ ਹੈ ਜੰਗੀ ਲਾਲ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵੀਰ ਜੰਗੀ ਲਾਲ ਨੇ ਸਾਰਿਆਂ ਵੀਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਉਹਨਾਂ ਦੀ ਹੈਲਪ ਕੀਤੀ ਹੈ ਸਾਡੀ ਐਸੋਸੀਏਸ਼ਨ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਜਸਵਿੰਦਰ ਸਿੰਘ ਜੀ ਸਾਡੇ ਨਾਲ ਹਾਜ਼ਰ ਹੈ ਤੇ ਅਸੀਂ ਆਪਣੀ ਐਸੋਸੀਏਸ਼ਨ ਵੱਲੋਂ ਉਹਨਾਂ ਨੂੰ ਜਿਹੜੀ ਉਹ ਮਾਇਆ ਭੇਟ ਕਰਦੇ ਹਾਂ ਤੇ ਬਹੁਤ ਬਹੁਤ ਧੰਨਵਾਦ ਬਕਰੀ